ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹਾਂ ਔਰ ਲਗਾਤਾਰ ਵਿਚਾਰ ਵਟਾਂਦਰਾ ਕਰ ਰਹੇ ਹਾਂ ਜੋ ਕਿ ਚੰਡੀਗੜ੍ਹ ਤੋਂ ਖਬਰ ਸਾਹਮਣੇ ਆਈ ਹੈ ਕਿ ਹੁਣ ਦੋ ਪਹੀਆ ਵਾਹਨ ਦੇ ਉੱਤੇ ਜਿਹੜੀ ਮਹਿਲਾਵਾਂ ਨੇ ਉਹਨਾਂ ਨੂੰ ਹੈਲਮਟ ਪਹਿਨਣਾ ਲਾਜ਼ਮੀ ਹੈ ਔਰ ਐਗਜ਼ੈਂਪਟ ਕੀਤਾ ਗਿਆ। ਫਿਲਹਾਲ ਜਿਹੜੀ ਸਾਡੀ ਦਸਤਾਰਧਾਰੀ ਸਿੱਖ ਮਹਿਲਾਵਾਂ ਹਨ ਉਹਨਾਂ ਨੂੰ ਐਗਜ਼ੈਂਪਟ ਕੀਤਾ ਗਿਆ, ਲੇਕਿਨ ਜਿਹੜੀਆਂ ਦੂਜੀਆਂ ਮਹਿਲਾਵਾਂ ਹਨ ਸਿੱਖ ਮਹਿਲਾਵਾਂ ਉਹ ਕਹਿ ਰਹੀ ਹਨ ਕਿ ਅਸੀਂ ਨਹੀਂ ਪਾਵਾਂਗੇ ਹੈਲਮਟ, ਜਿਸ ਨੂੰ ਲੈ ਕੇ ਹੁਣ ਇੱਕ ਵਿਸ਼ਾ ਇਸ ਵਿਸ਼ੇ ਦੇ ਮੁਤਲਕ ਜਿਹੜੀ ਡਿਬੇਟ ਆ ਉਹ ਚਾਲੂ ਹੋ ਚੁੱਕੀ ਹੈ। ਤੁਸੀਂ ਵੇਖ ਪਾ ਰਹੇ ਕਿ ਮੈਨੂੰ ਕਾਲ ਕਰ ਰਹੇ ਹੋ, ਜਾਣਨ ਦੀ ਕੋਸ਼ਿਸ਼ ਕਰਦੇ ਕਿ ਇਸ ਮੁਤਲਕ ਤੁਸੀਂ ਮੇਰੇ ਨਾਲ ਕੀ ਕੁਝ ਸਾਂਝਾ ਕਰਨਾ ਚਾਹੁੰਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਲੰਡਨ ਤੋਂ ਬੋਲ ਰਿਹਾ ਜੀ। ਕੀ ਕਹਿਣਾ ਚਾਹੋਗੇ? ਮੇਰੀ ਮੈਂ ਜੀ ਸਾਰਿਆਂ ਨੂੰ ਪਹਿਲੀ ਗੱਲ, ਮੈਂ ਦੋ ਤਿੰਨ ਗੱਲਾਂ ਕਹਿਣੀ ਚਾਹੁੰਦੀ ਹਾਂ, ਪਲੀਜ਼ ਮੈਨੂੰ ਅਲਾਓ। ਨੰਬਰ 1, ਜੀ 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 ਜੀ, ਗੁਰੂ ਨਾਨਕ ਸਾਹਿਬ ਨੇ ਇੱਥੇ ਪ੍ਰਵੇਸ਼ ਕੀਤਾ, ਦੁਨੀਆ ਦੇ ਵਿੱਚ ਆਏ, ਉਹਨਾਂ ਦਾ ਪਹਿਲਾਂ ਮੂਲ ਮੁੱਦਾ ਸੀ ਹਿਊਮੈਨਿਟੀ। ਜੀ ਜੀ, ਹਿਊਮੈਨਿਟੀ ਮੁਜ਼ਫਰ ਸਿੰਘ ਟੂ ਸਟਾਰਟ ਵਿਦ। ਜੀ, ਹੁਣ ਟਾਕਿੰਗ ਅਬਾਊਟ ਜਿਹੜੀ ਲੀਡਰ ਆਪਣੇ ਬੀਬੀ ਮੈਨੂੰ ਜਗੀਰ ਕੌਰ, ਸ਼ੀ ਬੀਕੇਮ ਪ੍ਰੈਜ਼ੀਡੈਂਟ ਆਫ ਐਸਜੀਪੀ। ਮੈਂ ਇੱਥੋਂ ਲੰਡਨ ਚੋਂ ਪੰਜਾਬੀ ਚ ਲੈਟਰ ਲਿਖੀ, ਮੈਂ ਆਬਜੈਕਟ ਕੀਤਾ ਵੀ ਸੋਈ ਕਿਹੜੀ ਸਿੱਖੀ, ਯੂ ਡੂ ਨਾਟ ਅਲਾਓ ਸਿੱਖ ਕੁੜੀਆਂ ਨੂੰ ਹਰਿਮੰਦਰ ਸਾਹਿਬ ਦੇ ਉੱਤੇ ਕੀਰਤਨ ਕਰਨ ਦਾ, ਤੁਹਾਨੂੰ ਇਜਾਜ਼ਤ ਨਹੀਂ ਹੁਣ ਤੱਕ ਨਹੀਂ ਦਿੰਦੇ ਉਹ ਜਗ੍ਹਾ, ਕਿਹੜੀ ਸਿੱਖੀ ਅਸੀਂ ਜਾਓ? ਮੈਂ ਡਬਲ ਸਟੈਂਡਰਡ। ਨੰਬਰ 3, ਸ਼ੀ ਇਜ਼ ਅ ਕ੍ਰਿਮੀਨਲ। ਆਈ ਡੋਂਟ ਮਾਈਂਡ ਕਿ ਸਮਬਡੀ ਹੈ, ਮੈਂ ਚਾਹੁੰਦਾ ਕਿ ਅਸੀਂ ਨਿੱਜੀ ਕਿਸੇ ਦੇ ਉੱਤੇ ਵਿਚਾਰ ਨਾ ਕਰੀਏ, ਅਸੀਂ ਇਸ ਮੁੱਦੇ ਦੇ ਮੁਤਲਕ ਗੱਲ ਕਰੀਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ? ਸੁਧਰ ਸਿੰਘ ਜੀ, ਤੁਹਾਡੀ ਆਵਾਜ਼ ਕਲੀਅਰ ਨਹੀਂ ਪਹੁੰਚ ਰਹੀ ਮੇਰੇ ਕੋਲ, ਤੁਸੀਂ ਆਪਣੇ ਟੀਵੀ ਸੈੱਟ ਦੀ ਵੋਲਿਊਮ ਘੱਟ ਕਰੋ, ਮੇਰੇ ਨਾਲ ਹੋਰ ਵੀ ਕਾਲ ਜੁੜ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਹਾਂਜੀ ਭਾਅ ਜੀ, ਮੈਂ ਜੀ ਸਾਊਥ ਹਾਲ ਤੋਂ ਬੋਲ ਰਿਹਾ, ਸਤਨਾਮ ਸਿੰਘ ਫੌਜੀ। ਜੀ ਜੀ, ਕੀ ਕਹਿਣਾ ਚਾਹੋਗੇ ਕੋਹਲੀ ਜੀ? ਮੈਂ ਇਹੀ ਕਹਿਣਾ ਚਾਹੁੰਦਾ ਵੀ ਜੋ ਵੀ ਗੌਰਮੈਂਟ ਫੈਸਲੇ ਕਰਦੀ ਆ ਉਹ ਆਪਣੇ ਹਿਸਾਬ ਨਾਲ ਕਰਦੀ। ਜੀ ਜੀ, ਪਰ ਜਿਹੜੇ ਮੇਰੇ ਵੀਰ ਕਹਿੰਦੇ ਵੀ ਪੱਗ ਦੇ ਉੱਪਰ ਹੈਲਮੇਟ ਪਾ ਲਓ, ਤੁਹਾਡੀ ਬਹੁਤ ਜ਼ਿਆਦਾ ਸੇਫਟੀ ਹੈ। ਇਹੋ ਜਿਹੇ ਬੰਦਿਆਂ ਨੂੰ ਇਹ ਦੱਸੋ ਵੀ ਅੱਜ ਤੋਂ ਇੰਨੀ ਚਿਰ ਚ ਆਰਮੀ ਦੇ ਉੱਪਰ, ਇੰਡੀਅਨ ਆਰਮੀ ਦੇ ਅੰਦਰ ਹੋਰ ਕਈ ਪਟਰੀਆਂ ਨੂੰ ਅੱਜ ਤੱਕ ਸਿੱਖਾਂ ਦੀ ਪਛਾਣ ਹੈ, ਸਿਰਫ ਆਉਣ ਲਈ ਸਿੱਖਾਂ ਦੀ ਇੱਕ ਪਗੜੀ ਕਰਕੇ। ਜੇ ਤੁਹਾਡੇ ਵਰਗੇ ਬੰਦੇ ਹੋਰ ਹੋਣ ਤੇ ਕਦੋਂ ਦੇ ਸਿੱਖਾਂ ਨੂੰ ਖਤਮ ਕੀਤਾ ਹੁੰਦਾ ਸੀ? ਉੱਪਰ ਹੈਲਮਟ ਪਾ ਲਓ, ਇਹਨਾਂ ਨੂੰ ਇਹ ਦੱਸੋ ਵੀ ਪੱਗ ਦੇ ਉੱਪਰ ਹੈਲਮਟ ਪਾਉਣਾ, ਜੇ ਤੈਨੂੰ ਮੌਤ ਨੂੰ ਇੰਨਾ ਹੀ ਡਰ ਲੱਗਦਾ ਨਾ ਤੇ ਸੁੱਤੇ ਪਏ ਨੂੰ ਆ ਕੇ ਸਭ ਨੇ ਖਾ ਲੈਣਾ। ਜੀ ਜੀ ਜੀ, ਸਿੱਖ ਤੇ ਸਰਦੀਆਂ ਕਰ ਕਰਕੇ ਸਾਰੇ ਵਰਲਡ ਵਾਰਾਂ ਚ ਲੜਾਈ ਕੀਤੀ ਆ, ਸਾਰੇ ਪਾਸੇ ਲੜੇ ਆ, ਤੁਸੀਂ ਇੱਕ ਐਕਸੀਡੈਂਟ ਨੂੰ ਕਰੀ ਜਾਂਦੇ ਵੀ ਉਹ ਤੁਹਾਡੀ ਆਪਣੀ ਸੂਝਬੂਝ ਦਾ ਦਿਮਾਗ ਚ ਹੋਣਾ ਚਾਹੀਦਾ ਕਿੱਦਾਂ ਚੱਲਣਾ। ਜੀ 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 ਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ। ਮੇਰੇ ਨਾਲ ਹੋਰ ਵੀ ਕੋਲ ਜੁੜ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ ਜੀ ਜੀ, ਮੈਂ ਚਾਹਾਂਗਾ ਆਪਣੇ ਟੀਵੀ ਸੈੱਟ ਦੀ ਵੋਲਿਊਮ ਨੂੰ ਘੱਟ ਕਰ ਦਿਓ ਤਾਂ ਕਿ ਤੁਹਾਡੀ ਆਵਾਜ਼ ਮੇਰੇ ਕੋਲ ਕਲੀਅਰ ਪਹੁੰਚ ਸਕੇ ਜੀ। ਹਾਂਜੀ, ਮੈਂ ਭਾਅ ਜੀ ਹਿਸਟਨ ਤੋਂ ਬੋਲਦਾ, ਪਿਆਰਾ ਸਿੰਘ। ਜੀ ਜੀ, ਪਿਆਰਾ ਸਿੰਘ ਜੀ, ਕੀ ਕਹਿਣਾ ਚਾਹੋਗੇ? ਮੈਂ ਹੈਲਮਟ ਬਾਰੇ ਕਹਿਣਾ ਚਾਹੁੰਦਾ ਕਿ ਜਿੱਦਾਂ ਮੈਂ ਬ੍ਰੇਕ ਲੈ ਰਿਹਾ ਖੁਦ ਆਪ, ਜੀ ਜੀ, ਤੇ 15 ਸਾਲ ਪਹਿਲਾਂ ਮੈਂ ਟੈਸਟ ਪਾਸ ਕੀਤਾ ਸੀਗਾ ਇਹਦਾ, ਤੇ ਪਹਿਲਾਂ ਮੈਂ ਇੱਦਾਂ ਪੱਗ ਬੰਨਦਾ ਸੀਗਾ, ਤੇ ਇੱਕ ਵਾਰੀ ਇੱਧਰ ਪਾਸੇ ਉੱਤੇ ਹੀ ਮੇਰੇ ਇੱਦਾਂ ਸਾਈਡ ਤੇ ਸੈਂਟਰ ਲੰਡਨ ਉੱਤੇ ਕੋਈ ਰੋੜਾ ਡਿੱਗਾ ਤੇ ਮੇਰੇ ਸੱਟ ਲੱਗ ਗਈ। ਉਸ ਤੋਂ ਬਾਅਦ ਫਿਰ ਮੈਂ ਹੈਲਮਟ ਪਾਉਣਾ ਸ਼ੁਰੂ ਕੀਤਾ। ਹਾਂਜੀ ਜੀ ਜੀ, ਤੇ ਮੇਰੇ ਖਿਆਲ ਨਾਲ ਤਾਂ ਇਹ ਜਿਹੜਾ ਹੈਲਮਟ ਦਾ ਇਹ ਬਹੁਤ ਵਧੀਆ ਹੈ, ਪਾਉਣਾ ਚਾਹੀਦਾ ਆਪਾਂ ਨੂੰ, ਕਿਉਂਕਿ ਰੋਜ਼ ਕਿਉਂਕਿ ਪੱਗ ਆ ਜਿਹੜੀ ਹੈ ਨਾ, ਚਾਹੇ ਜਿੰਨੀ ਵੀ ਆਪਾਂ ਮਰਜ਼ੀ ਕਰ ਲਈਏ, ਪਰ ਜਿਹੜੀ ਸੈਂਟਰਲ ਚੀਜ਼ ਉਹ ਰੋਕਦੀ ਨੀ ਆਪਾਂ ਨੂੰ ਨਾ ਸੈਂਟਰ ਤੋਂ, ਹਨਾ, ਤੇ ਜਾਂ ਤਾਂ ਕੋਈ ਬਹੁਤ ਠੋਸ ਕੋਈ ਉਹਦੇ ਵਿੱਚ ਚੀਜ਼ ਇੱਦਾਂ ਹੀ ਰੱਖੀ ਜਾਵੇ ਜਿੱਦਾਂ ਨੈਂਗ ਸਿੰਘ ਪਹਿਲਾਂ ਰੱਖਦੇ ਸੀਗੇ, ਹਨਾ, ਤੇ ਉਹਨਾਂ ਇਹ ਬਚਾਅ ਕਾਫੀ ਆ। ਪਰ ਬਾਕੀ ਹਰ ਬੰਦੇ ਦੀ ਆਪੋ ਆਪਣੀ ਸੋਚਣੀ ਆ, ਬਸ ਮੇਰੇ ਖਿਆਲ ਨਾਲ ਹੈਲਮਟ ਜਿਹੜਾ ਬਹੁਤ ਜ਼ਰੂਰੀ ਹੈ, ਹੈਲਮਟ ਪਹਿਨਣਾ। ਬਹੁਤ ਬਹੁਤ ਧੰਨਵਾਦ ਜੀ, ਅਤੇ ਮਿਲੀ ਜੁਲੀ ਪ੍ਰਤੀਕਿਰਿਆ ਸਾਡੇ ਸਾਹਮਣੇ ਆ ਰਹੀ ਹੈ, ਅਤੇ ਲੇਕਿਨ ਜੇਕਰ ਮੈਂ ਇਹਨਾਂ ਪ੍ਰਤੀਕਿਰਿਆਵਾਂ ਦੀ ਗੱਲ ਕਰਾਂ ਤਾਂ ਹਰ ਕੋਈ ਇਹ ਕਹਿੰਦਾ ਹੋਇਆ ਮੈਨੂੰ ਹਜੇ ਫਿਲਹਾਲ ਇਹੀ ਨਜ਼ਰ ਆ ਰਿਹਾ ਕਿ ਜੇ ਤੁਸੀਂ ਕਹਿ ਰਹੇ ਹੋ ਕਿ ਹੈਲਮਟ ਪਾਉਣਾ ਚਾਹੀਦਾ ਕਿਉਂਕਿ ਸੇਫਟੀ ਪਹਿਲੀ ਹੈ, ਕਈਆਂ ਨੇ ਗੁਰੂ ਨਾਨਕ ਦੇਵ ਜੀ ਦਾ ਵੀ ਉਦਾਹਰਣ ਦਿੱਤਾ, ਉਹਨਾਂ ਨੇ ਕਿਹਾ ਕਿ ਉਹਨਾਂ ਨੇ ਵੀ ਇਨਸਾਨੀਅਤ ਦਾ ਪਾਠ ਪੜਾਇਆ ਸੀਗਾ ਔਰ ਇਨਸਾਨੀਅਤ ਸਭ ਤੋਂ ਪਹਿਲਾਂ, ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਇਸ ਗੱਲ ਦਾ ਨਿਪਟਾਰਾ ਹੋ ਸਕਦਾ ਹੈ। ਮੇਰੇ ਨਾਲ ਜੁੜੇ ਹੋਏ ਨੇ ਮਿਸਟਰ ਸ਼ਰਮਾ। ਮਿਸਟਰ ਸ਼ਰਮਾ, ਕਾਫੀ ਵਿਊਅਰਸ ਨੇ ਸਾਨੂੰ ਕਾਲ ਕੀਤਾ ਔਰ ਉਹ ਆਪਣੀ ਰਾਏ ਦੇ ਰਹੇ ਨੇ, ਉਹ ਕਹਿ ਰਹੇ ਨੇ ਕਿ ਬਈ ਜੇਕਰ ਅਸੀਂ ਧਰਮ ਦੀ ਗੱਲ ਕਰੀਏ ਤਾਂ ਧਰਮ ਵੀ ਸਾਡਾ ਇਹ ਸਿਖਾਉਂਦਾ ਕਿ ਇਨਸਾਨੀਅਤ ਜ਼ਰੂਰੀ ਹੈ, ਨੋ ਰਿਲੀਜਨ ਇਜ਼ ਹਾਇਰ ਦੈਨ ਹਿਊਮੈਨਿਟੀ, ਉਹ ਇਹ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ, ਔਰ ਕਈ ਲੋਕਾਂ ਨੇ ਇਹ ਵੀ ਕਿਹਾ ਕਿ ਹੈਲਮਟ ਪਾਉਣਾ ਕੋਈ ਵੱਡੀ ਗੱਲ ਨਹੀਂ, ਲੇਕਿਨ ਆਪਣੀ ਸੇਫਟੀ ਲਈ ਲਾਜ਼ਮੀ ਹੈ ਅਤੇ ਜੇ ਤੁਸੀਂ ਪਾਉਣਾ ਚਾਹੁੰਦੇ ਜ਼ਰੂਰ ਪਾਓ।
ਇਟਸ ਅ ਮੈਟਰ ਆਫ ਅਗੇਨ ਰਿਲੀਜੀਅਸ ਬਿਲੀਫ ਹਰਜੀਤ ਕਿ ਉਹ ਕਿੰਨੇ ਲੋਕ ਉਹਨੂੰ ਐਕਸੈਪਟ ਕਰਦੇ ਨੇ ਕਿੰਨੇ ਲੋਕ ਜਿਹੜੇ ਨਹੀਂ ਮੰਨਦੇ ਇਸ ਗੱਲ ਨੂੰ ਐਂਡ ਦ ਸਿੱਖ ਔਰ ਸਭ ਤੋਂ ਵੱਡੀ ਗੱਲ ਵਿਊਅਰਸ 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 ਸਾਡੇ ਇਹ ਵੀ ਕਹਿ ਰਹੇ ਨੇ ਕਿ ਸਾਡੇ ਜਿਹੜੀਆਂ ਜਮਾਤਾਂ ਹਨ ਜਿਹੜੀਆਂ ਸਾਡੀ ਰਿਲੀਜੀਅਸ ਔਰਗਨਾਈਜੇਸ਼ਨ ਹਨ ਉਹਨਾਂ ਨੂੰ ਵੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਕਿ ਤੁਸੀਂ ਆਪਣੀ ਸੇਫਟੀ ਵਾਸਤੇ ਇਹ ਕੰਮ ਕਰੋ ਅਤੇ ਕੀ ਕਹਿਣਾ ਚਾਹੋਗੇ ਤੁਸੀਂ ਕਿਉਂਕਿ ਹੁਣ ਤਾਂ ਤੁਸੀਂ ਵੇਖ ਲਿਆ ਕਿ 12 ਜੁਲਾਈ ਨੂੰ ਇਸ ਮੁਤਲਕ SGPC ਨੇ ਤਾਂ ਮੀਟਿੰਗ ਬੁਲਾ ਲਈ ਹੈ ਨਹੀਂ ਉਹ ਹੁਣ ਐਕਚੁਲੀ ਦੇਖੋ ਹਿਊਮਨ ਲਾਈਫ ਇਜ਼ ਮੋਰ ਇੰਪੋਰਟੈਂਟ ਹਿਊਮਨ ਲਾਈਫ ਸ਼ੁੱਡ ਬੀ ਸੇਵਡ ਇਹ ਤਾਂ ਤੁਸੀਂ ਉਹ ਦਰਦ ਇਹ ਦੁੱਖ ਉਹਨਾਂ ਨੂੰ ਜਿਨ੍ਹਾਂ ਦੇ ਆਪਣੇ ਇਸ ਰੋਡ ਐਕਸੀਡੈਂਟਸ ਦੇ ਵਿੱਚ ਗਏ ਨੇ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਕਿ ਹੁਣ ਅਗਰ ਇਹ ਆਰਡਰ ਆਏ ਨੇ ਯੂਨੀਅਨ ਟੈਰੀਟਰੀ ਐਡਮਿਨਿਸਟ੍ਰੇਸ਼ਨ ਅਗਰ ਇਹਨੂੰ ਮੈਂਡੇਟ ਵੀ ਕਰ ਦਿੱਤਾ ਤਾਂ ਦੀਸ ਪੀਪਲ ਦੀਸ ਫੈਮਿਲੀਜ਼ ਮਾਈਟ ਰਿਐਕਟ ਕਿ ਜੀ ਤੁਸੀਂ 2 ਸਾਲ ਪਹਿਲਾਂ 3 ਸਾਲ ਪਹਿਲਾਂ 5 ਸਾਲ ਪਹਿਲਾਂ ਕਿਉਂ ਨਹੀਂ ਲਿਆ ਡਿਸੀਜ਼ਨ ਸਾਡਾ ਤਾਂ ਬੱਚਾ ਬਚ ਜਾਂਦਾ ਇਹ ਤੁਹਾਨੂੰ ਦੱਸਿਆ ਨਾ ਜਿਹੜਾ ਦਿਸ ਇਜ਼ ਬਿਕੋਜ਼ ਦੀ ਗਰੋਇੰਗ ਬਿਲਕੁਲ ਬਹੁਤ ਵੱਡੀ ਗੱਲ ਹੈ ਕਿ ਅਗਰ ਇਹ ਜਿਹਨਾਂ ਦੇ ਘਰ ਦੇ ਜੀ ਗਏ ਨੇ ਉਹ ਇਸ ਮੁਤਲਕ ਆਪਣੀ ਆਵਾਜ਼ ਉਠਾ ਸਕਦੇ ਹਨ ਕਿ ਤੁਸੀਂ ਇਹ ਡਿਸੀਜਨ ਪਹਿਲੇ ਕਿਉਂ ਨਹੀਂ ਲਿਆ ਕਿ ਸਾਡਾ ਬੱਚਾ ਵੱਧ ਸਕਦਾ ਸੀਗਾ ਬਿਲਕੁਲ ਸਹੀ ਗੱਲ ਕਹਿ ਰਹੇ ਹਾਂ ਉਹਨਾਂ ਦਾ ਦਰਦ ਉਹਨਾਂ ਦਾ ਤਕਲੀਫ ਕੌਣ ਸਮਝ ਸਕਦਾ ਹੈ ਇਹ ਤੇ ਜਿਨ੍ਹਾਂ ਦਾ ਗਿਆ ਉਹੀ ਸਮਝ ਸਕਦਾ ਨਾ ਜੀ ਅਸੀਂ ਲੋਕ ਤਾਂ ਵੀ ਕੈਨ ਆਲਵੇਸ ਡਿਸਕਸ ਬਟ ਵੀ ਕੈਨ ਨਾਟ ਅੰਡਰਸਟੈਂਡ देयर ਪੇਨ ਉਹ ਦੇ ਮਾਈਟ ਰਿਐਕਟ ਟੂ ਦਿਸ ਦੇ ਮਾਈਟ ਗੈਟ ਮੋਰ ਇਮੋਸ਼ਨਲ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਕਿ ਹੁਣ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਮੈਂਡੇਟਰੀ ਕਰ ਦਿੱਤਾ ਦੇ ਮਾਈਟ ਨਾਟ ਰਿਐਕਟ ਉਹ ਸੜਕਾਂ ਤੇ ਆ ਕੇ ਭਾਵੇਂ ਪ੍ਰੋਟੈਸਟ ਨਾ ਕਰਨ ਬਟ ਦੇ ਮਾਈਟ ਗੈਟ ਇਮੋਸ਼ਨਲ ਉਹਨਾਂ ਨੂੰ ਆਪਣੇ ਉਹ ਧੀ ਭੈਣ ਜ਼ਰੂਰ ਯਾਦ ਆਏਗੀ ਕਿ ਬੱਚਾ ਸਾਡਾ ਚਲਾ ਗਿਆ ਇਹ ਚੀਜ਼ ਹੁੰਦੀ ਹੈ ਕਿ ਦਿਸ ਇਜ਼ ਰਿਕੁਆਇਰਡ ਮੈਂ ਵੇਖਿਆ ਚੰਡੀਗੜ੍ਹ ਦੇ ਆਪਣੀ ਅੱਖਾਂ ਤੋਂ ਵੇਖਿਆ ਹੈ ਮਿਸਟਰ ਸ਼ਰਮਾ ਕਿ ਜਿਹੜੇ ਉੱਥੇ ਵੱਡੇ ਵੱਡੇ ਟਰੱਕਸ ਨੇ ਬਿਕੋਜ਼ ਟਰਾਂਸਪੋਰਟ ਸਿਸਟਮ ਟਰਾਂਸਪੋਰਟ ਰੋਡਵੇ ਹੈ ਉਹ ਪੂਰਾ ਚੰਡੀਗੜ੍ਹ ਦਾ ਸ਼ਹਿਰ ਕਿਉਂਕਿ ਜਿਹੜਾ ਹਿਮਾਚਲ ਤੋਂ ਟਰੱਕ ਆਉਂਦਾ ਜਿਹੜਾ ਪੰਜਾਬ ਤੋਂ ਟਰੱਕ ਆਉਂਦਾ ਉਹਨਾਂ ਨੇ ਨਿਕਲਣਾ ਹੀ ਚੰਡੀਗੜ੍ਹ ਤੋਂ ਹੋ ਕੇ ਹੈ ਔਰ ਜਦ ਹਾਈਵੇ ਦੀ ਗੱਲ ਹੁੰਦੀ ਹੈ ਤਾਂ ਉੱਥੇ ਜਿਹੜੀ ਸਕੂਟੀਆਂ ਦੇ ਵਿੱਚ ਸਾਡੀ ਮਹਿਲਾਵਾਂ ਜਾਂਦੀਆਂ ਹਨ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਐਕਸੀਡੈਂਟ ਮੈਂ ਆਪਣੇ ਅੱਖਾਂ ਤੋਂ ਵੇਖਿਆ ਔਰ ਇਹ ਵੀ ਵੇਖਿਆ ਕਿ ਦੇ ਆਰ ਨਾਟ ਵੀਅਰਿੰਗ ਅ ਹੈਲਮਟ ਐਟ ਦੈਟ ਟਾਈਮ ਐਂਡ ਵੇਅਰ ਇਨ ਦੇ ਹੈਵ ਟੂ ਸਫਰ Now, once you enter from when you are going from Delhi and you enter from Jirakpur and then you enter into Chandigarh, this, first you get the Tribune Chowk. Tribune Chowk has a lot of traffic. It's a transit. Chandigarh comes in transit. ਜਿਹੜੀਆਂ ਹਿਮਾਚਲ ਗੱਡੀਆਂ ਜਾਣੀਆਂ ਜਿਹੜੇ ਵੱਡੇ ਵੱਡੇ ਟਰੱਕ ਜਾਂਦੇ ਉਹ ਨੇ ਐਂਡ ਪਾਰਟ ਆਫ ਦਿਸ ਜ਼ਿਆਦਾਤਰ ਐਕਸੀਡੈਂਟਸ ਅਗਰ ਤੁਸੀਂ ਰਿਪੋਰਟ ਦੇਖੋ ਤੇ ਜ਼ਿਆਦਾਤਰ ਐਕਸੀਡੈਂਟਸ ਰੋਡਵੇਜ਼ ਦੀਆਂ ਬੱਸਾਂ ਦੇ ਵਜ੍ਹਾ ਨਾਲ ਹੋਏ ਨੇ ਰੋਡਵੇਜ਼ ਹਰਿਆਣਾ ਰੋਡਵੇਜ਼ ਇਹ ਜਿਹੜੇ ਬੱਸਾਂ ਦਾ ਕੀ ਆ ਰਿਹਾ ਜਿਹੜੇ ਰੋਡਵੇਜ਼ ਦੇ ਡਰਾਈਵਰ ਹੁੰਦੇ ਨੇ ਉਹਨਾਂ ਦੀ ਆਦਤ ਹੁੰਦੀ ਉਹਨਾਂ ਨੇ ਸਪੀਡ ਕੱਟੀ ਹੁੰਦੀ ਹਾਈਵੇ ਉੱਤੇ ਉਹ ਚੰਡੀਗੜ੍ਹ ਸ਼ਹਿਰ ਦੇ ਵਿੱਚ ਵੜ ਕੇ ਵੀ ਉਹੀ ਉਹ ਸਪੀਡ ਖਿੱਚਦੇ ਨੇ ਇੱਕ ਚੌਂਕ ਪਾਰ ਕਰਕੇ ਜਦੋਂ ਦੂਜੇ ਚੌਂਕ ਵੱਲ ਜਾਂਦੇ ਨੇ ਦੇ ਆਰ ਆਲਵੇਜ਼ ਔਨ ਹਾਈ ਸਪੀਡ ਐਂਡ ਚੰਡੀਗੜ੍ਹ ਪੁਲਿਸ ਡਸ ਨਾਟ ਹੈਵ ਐਨੀ ਕੰਟਰੋਲ ਔਨ ਦਿਸ ਉਹ ਜਿਹੜੇ ਦਿੱਲੀ ਦੇ ਨੰਬਰ ਦੀਆਂ ਗੱਡੀਆਂ ਹੁੰਦੀਆਂ ਉਹਨਾਂ ਨੂੰ ਰੋਕਣ 'ਚ ਲੱਗੇ ਰਹਿੰਦੇ ਹੋ ਠੀਕ ਹੈ ਨਾ ਜਿਹੜੀਆਂ ਕਾਰਾਂ ਹੁੰਦੀਆਂ ਨੇ ਦੀਸ ਐਕਚੁਲੀ ਹੁਣ ਦੂਸਰਾ ਹੈ ਕਿ ਸਾਡੇ ਜਿਹੜੇ ਐਡਮਿਨਿਸਟ੍ਰੇਸ਼ਨ ਹੈ ਸਾਡਾ ਜਿਹੜਾ ਸਿਸਟਮ ਹੈ ਇੰਡੀਅਨ ਜਿਹੜਾ ਸਿਸਟਮ ਹੈ ਉਹ ਕਿੰਨਾ ਕੰਪਲਾਈ ਕਰ ਰਹੇ ਇਹਨਾਂ ਚੀਜ਼ਾਂ ਨੂੰ ਹਾਈ ਕੋਰਟ ਨੇ ਇਹ ਆਰਡਰ ਦਿੱਤੇ ਸੀ ਕਿ ਸਕੂਲ ਬੱਸਾਂ ਦੇ ਵਿੱਚ ਜਿਹੜੇ ਨੇ ਸਪੀਡ ਗਵਰਨਰ ਰੱਖੇ ਜਾਣ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਸਪੀਡ ਗਵਰਨਰ ਹੋਣੇ ਚਾਹੀਦੇ ਕਿ ਇੱਕ ਸਰਟਨ ਸਪੀਡ ਤੋਂ ਉੱਪਰ ਗੱਡੀ ਜਾਏ ਨਾ ਜੀ ਬਿਲਕੁਲ ਇਹ ਸੇਫਟੀ ਮੇਜਰ ਰੱਖਣੇ ਸਕੂਲ ਲਾਜ਼ਮੀ ਨੇ ਕਿਉਂਕਿ ਜੇਕਰ ਸੇਫਟੀ ਮੇਜਰ ਰੱਖੇ ਜਾਣਗੇ ਤਾਂ ਕਿਤੇ ਨਾ ਕਿਤੇ ਇਹ ਐਕਸੀਡੈਂਟ ਦੇ ਵਿੱਚ ਨਕੇਲ ਕਸੀ ਜਾ ਸਕਦੀ ਹੈ ਔਰ ਐਕਸੀਡੈਂਟ ਘੱਟ ਹੋ ਸਕਦੇ ਨੇ ਮਿਸਟਰ ਸ਼ਰਮਾ ਆਈ ਡੋਂਟ ਹੈਵ ਇਨਫ ਟਾਈਮ ਆਈ ਵੁੱਡ ਲਾਈਕ ਟੂ ਹੈਵ ਯੂਰ ਮੋਰ ਕਮੈਂਟਸ ਔਨ ਦਿਸ ਬਸ ਮੈਨੂੰ ਸਮਾਂ ਜ਼ਿਆਦਾ ਨਹੀਂ ਦੇ ਰਿਹਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਔਰ ਅੱਜ ਤੁਸੀਂ ਸਾਡੇ ਨਾਲ ਜੁੜੇ ਔਰ ਆਪਣੇ ਵਿਚਾਰ ਸਾਡੇ ਨਾਲ ਸਾਂਝਾ ਕੀਤੇ ਅਤੇ ਜੇਕਰ ਤੁਹਾਨੂੰ ਵੀ ਲੱਗਦਾ ਕਿ ਇਸ ਮੁਤਲਕ ਤੁਸੀਂ ਵੀ ਆਪਣੇ ਵਿਚਾਰ ਮੇਰੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਈਮੇਲ ਕਰ ਸਕਦੇ ਹੋ ਹੇਠ ਲਿਖੀ ਈਮੇਲ ID ਦੇ ਉੱਤੇ info@justbroadcasting.com ਦੇ ਉੱਤੇ ਜਿਹੜੇ ਵਿਊਅਰਸ ਮੈਨੂੰ ਕਾਲ ਕਰ ਰਹੇ ਸੀ ਜਿਨ੍ਹਾਂ ਦੀ ਮੈਂ ਕਾਲਸ ਨਹੀਂ ਉਠਾ ਪਾਇਆ ਮੈਂ ਕੋਸ਼ਿਸ਼ ਕਰਾਂਗਾ ਕਿ ਤੁਸੀਂ ਮੈਨੂੰ ਮੇਲ ਕਰੋ ਅਗਲੀ ਵਾਰ ਜਦ ਤੁਸੀਂ ਮੈਨੂੰ ਕਾਲ ਕਰੋਗੇ ਤਾਂ ਅਸੀਂ ਨਵੇਂ ਮੁੱਦੇ ਲੈ ਕੇ ਆਵਾਂਗੇ ਨਵੇਂ ਮੁੱਦਿਆਂ ਦੇ ਉੱਤੇ ਅਸੀਂ ਲਵਾਂਗੇ ਤੁਹਾਡੇ ਜ਼ਰੂਰ ਤੁਹਾਡੀ ਪ੍ਰਤੀਕਿਰਿਆ ਤੁਹਾਡੇ ਸੁਝਾਅ ਕਿ ਉਸ ਮੁਤਲਕ ਤੁਸੀਂ ਕੀ ਕੁਝ ਕਰਨਾ ਚਾਹੁੰਦੇ ਹੋ ਲੇਕਿਨ ਅੱਜ ਦੇ ਮੁਤਲਕ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਇਹ ਨਹੀਂ ਮੈਨੂੰ ਹਰਕੀਰਤ ਸਿੰਘ ਆਲੂਵਾਲੇ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ